ਸਸ਼ੀਕਾ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰਾ WhatsApp ਨੰਬਰ ਨੋਟ ਕਰ ਲਓ 76963 29488 ਜੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੈ ਕੋਠੀ ਦੀ ਜ਼ਮੀਨ ਦੀ ਪਲਾਟ ਦੀ ਘਰ ਦੀ ਜਾਂ ਕਿਸੇ ਮਸ਼ੀਨਰੀ ਦੀ ਤੇ ਇਸ ਨੰਬਰ ਤੇ 5 ਤੋਂ 7 ਫੋਟੋਆਂ ਬਾਕੀ ਉਹਦੀ ਜਿੰਨੀ ਵੀ ਜਾਣਕਾਰੀ ਹੁੰਦੀ ਹੈ ਸਾਰੀ ਜਾਣਕਾਰੀ ਲਿਖ ਕੇ ਸੈਂਡ ਕਰ ਦਿਓ ਜੀ ਜਾਣਕਾਰੀ ਸਹੀ ਭੇਜਣੀ ਹੈ ਤੇ ਰੇਟ ਜਿਹੜਾ ਉਹ ਮਾਰਕੀਟ ਦੇ ਹਿਸਾਬ ਨਾਲ ਲਾਉਣਾ ਜੀ ਬਦਾ ਤੜਾ ਕੇ ਰੇਟ ਨਾ ਦੱਸਿਆ ਕਰੋ ਜੀ ਤੇ ਬਿਲਕੁਲ ਫਰੀ ਦੇ ਵਿੱਚ ਐਡ ਕਰਦੇ ਆ ਨਾ ਕੋਈ ਕਮਿਸ਼ਨ ਹੁੰਦਾ ਜੀ ਨਾ ਵੇਚਣ ਦੇ ਵਿੱਚ ਨਾ ਕੋਈ ਖਰੀਦਣ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਜੀ ਗੱਡੀ ਹੈ ਟਰੈਕਟਰ ਹੈ ਜੀ ਤੇ ਇੱਕ ਬਹੁਤ ਹੀ ਸੋਹਣੀ ਕੋਠੀ ਹੈ ਜੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਲਟੋ ਗੱਡੀ ਧੀ ਆਲਟੋ ਗੱਡੀ ਹੈ ਐਲ ਐਕਸ ਮਾਡਲ ਹੈ 2012 ਮਾਡਲ ਗੱਡੀ ਹੈ ਜੀ ਗੰਗਨਗਰ ਰਾਜਸਥਾਨ ਇਹਨਾਂ ਦਾ ਏਰੀਆ ਹੈ 70% ਟਾਇਰਾਂ ਦੀ ਕੰਡੀਸ਼ਨ ਪਈ ਹੈ 2012 ਮਾਡਲ ਗੱਡੀ ਹੈ ਗੱਡੀ ਬਿਲਕੁਲ ਸਾਫ਼ ਪਈ ਹੈ ਕਿਸੇ ਵੀਨੇ ਦੇਖਣੀ ਹੋਵੇ ਗੰਗਾ ਨਗਰ ਖੜੀ ਹੈ ਉੱਥੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਤੇ ਚਲਾ ਕੇ ਆਪ ਦੀ ਟ్రਾਈਲ ਲੈ ਕੇ ਪੂਰੀ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਤੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ ਜੀ ਜਿੰਨੇ ਵੀ ਕਾਗਜ਼ ਪੱਤਰ ਉਹਦੇ ਸਾਰੇ ਕੰਪਲੀਟ ਹੈ 1,45000 ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਜਿੰਨੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਤੇ ਵੀਡੀਓ ਨੂੰ ਨਵੇਂ ਵੀਰ ਦੇਖ ਰਹੇ ਨੇ ਤੇ ਥੱਲੇ ਇੱਕ ਲਾਲ ਰੰਗ ਦਾ ਬਟਨ ਜੀ ਸਬਸਕ੍ਰਾਈਬ ਵਾਲਾ ਉਹਨੂੰ ਦਬਾ ਦਿਓ ਨਾਲੇ ਘੰਟੀ ਦਾ ਬਟਨ ਹੋਵਾ ਉਹਨੂੰ ਵੀ ਵਾ ਦਿਜੀ ਤੇ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਮੈਂ ਨਵੀਂ ਵੀਡੀਓ ਪਾਉਂ ਆ ਆਪਣੇ ਚੈਨਲ ਤੇ ਤੇ ਉਹਦਾ ਜਿਹੜਾ ਮੈਸੇਜ ਆ ਵੀਡੀਓ ਦਾ ਉਹ ਤੁਰਤ ਫਿਰ ਤੁਹਾਡੇ ਮੂਲ ਤੇ ਚਲਾ ਜਾਊਗਾ ਤੇ ਇਹ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਦੇਖ ਸਕੋਗੇ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਹਰ ਰੋਜ਼ ਆਉਂਦੀ ਹੈ ਤੇ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਹੁੰਦੀਆਂ ਜੀ ਕੋਠੀ ਜ਼ਮੀਨ ਜਿੰਨੇ ਵੀ ਖੇਤੀਬਾੜੀ ਦੇ ਸੰਦ ਹੁੰਦੇ ਆ ਸਾਰੇ ਹੁੰਦੇ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿੰਨੇ ਵੀ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਇਹਨੇ ਨਾਲ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੋ ਜਾਂਦਾ ਜੀ ਤੇ ਉਹਨਾਂ ਨੂੰ ਕੋਈ ਮਸ਼ੀਨਰੀ ਖਰੀਦਣੀ ਹੋਵੇ ਤਾਂ ਉਹ ਘਰ ਬੈਠੇ ਹੀ ਖਰੀਦ ਸਕਦੇ ਜਾਂ ਵੇਚ ਸਕਦੇ ਜੀ ਦੇ ਡੀਲਰਾਂ ਨੂੰ ਕਮਿਸ਼ਨ ਨਹੀਂ ਦੇਣਾ ਪੈਂਦਾ ਜੀ ਤੇ ਹੁਣ ਗੱਲ ਕਰਦੇ ਹਾਂ ਜੀ ਅਰਜੁਨ ਟਰੈਕਟਰ ਦੀ ਅਰਜੁਨ ਟਰੈਕਟਰ ਹੈ 605 ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ 2013 ਮਾਡਲ ਹੈ ਤੇ ਲਾਸਟ ਮਹੀਨੇ ਚ ਆਇਆ ਜੀ ਪਟਿਆਲਾ ਇਹਨਾਂ ਦਾ ਏਰੀਆ ਹੈ 80% ਟਰਾਂ ਦੀ ਕੰਡੀਸ਼ਨ ਪਈ ਹੈ ਬਿਲਕੁਲ ਸਾਫ ਟਰੈਕਟਰ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਤੇ ਕੰਡੀਸ਼ਨ ਬਾਕੀ ਤੁਹਾਡੇ ਸਾਹਮਣੇ ਜਿੰਨਾ ਵੀ ਕੰਮ ਹੁੰਦਾ ਵੀਰ ਨੇ ਸਾਰਾ ਕਰਵਾਇਆ ਹੋਇਆ ਫੇਵਰ ਵਾਲੀ ਛਤਰੀ ਲੱਗੀ ਹੈ ਮਿਊਜ਼ਿਕ ਸਿਸਟਮ ਲੱਗਿਆ ਜੀ ਤੇ ਪੂਰਾ ਵਧੀਆ ਤੇ ਸਾਫ ਟਰੈਕਟਰ ਹੈ ਕੋਈ ਗਮ ਨਹੀਂ ਪਰਦਾ ਜਿੰਨਾ ਵੀ ਕਾਗਜ਼ ਪੱਤਰ ਹੁੰਦੇ ਸਾਰੇ ਕੰਪਲੀਟ ਹੈ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਕਿਸੇ ਵੀ ਨੇ ਟਰੈਕਟਰ ਦੇਖਣਾ ਹੋਵੇ ਪਟਿਆਲੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਜਾ ਕੇ ਖਰੀਦ ਸਕਦੇ ਹੋ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਗੱਡੀ ਐਸ ਕ੍ਰੋਸ ਜੈਟਾ ਗੱਡੀ ਹੈ ਜਹਾ 2018 ਮਾਡਲ ਹੈ ਜੀ ਬਿਲਕੁਲ ਸਾਫ਼ ਗੱਡੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹਰਿਆਣਾ ਨੰਬਰ ਗੱਡੀ ਹੈ ਜੀ ਤੇ 35000 ਕਿਲੋਮੀਟਰ ਚੱਲੀ ਹੈ 90% ਟਾਇਰਾਂ ਦੀ ਕੰਡੀਸ਼ਨ ਪਈ ਹੈ ਲਾਏ ਪਾਏ ਹੋਏ 10 ਲੱਖ ਵੀਰ ਨੇ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇੰਜਨ ਦੀ ਬੈਟਰੀ ਦੀ ਫੁੱਲ ਗਾਰੰਟੀ ਹੈ ਅੰਦਰੋਂ ਤੁਸੀਂ ਦੇਖ ਰਹੇ ਹੋ ਸੀਟ ਕੋਰ ਮੈਟਿੰਗ ਬੈਰਾ ਮਿਊਜ਼ਿਕ ਸਿਸਟਮ ਐਸੇ ਹੀਟਰ ਸਾਰਾ ਕੁਝ ਓਕੇ ਹੈ ਕੋਈ ਕਮੀ ਨਹੀਂ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਹੀ ਕੋਈ ਕਮੀ ਹੈ ਜੀ ਤੇ ਨਾਲ ਦਾ ਰੰਗ ਪੇਂਟ ਹੈ ਤੇ ਕੋਈ ਦਿੱਕਤ ਨਹੀਂ ਨਾ ਕੋਈ ਡੈਂਟ ਹੈ ਨਾ ਕਿਸੇ ਪਾਸੇ ਲੱਗੀ ਹੈ ਜੀ 2018 ਮਾਡਲ ਗੱਡੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਕਿਸੇ ਵੀ ਇਨ ਗੱਡੀ ਖਰੀਦਣੀ ਹੋਵੇ ਤੇ ਇਹਨਾਂ ਦਾ ਏਰੀਆ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜਿੰਨੇ ਵੀ ਕਾਜ ਪੱਤਰ ਹੁੰਦੇ ਸਾਰੇ ਵੀਰ ਨੇ ਕੰਪਲੀਟ ਰੱਖਿਆ ਜੀ ਲਾਈਵ ਪਾਏ ਹੋਏ ਬਹੁਤ ਹੀ ਸਾਫਟੇਰ ਹੈ ਤੇ ਬਹੁਤ ਹੀ ਸੋਹਣੀ ਗੱਡੀ ਹੈ ਕਿਸੇ ਵੀਨੇ ਖਰੀਦਣੀ ਹੋਵੇ ਜਾ ਕੇ ਚੈੱਕ ਕਰਕੇ ਦੇਖ ਕੇ ਚਲਾ ਕੇ ਤੇ ਪੂਰੀ ਤਸੱਲੀ ਕਰਕੇ ਕਾਜ ਪੱਤਰ ਚੈੱਕ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਪੂਰੀ ਸਾਫ ਤੇ ਵਧੀਆ ਗੱਡੀ ਹੈ 10 ਲੱਖ ਡਿਮਾਂਡ ਹੈ ਬਾਕੀ ਮੌਕੇ ਤੇ ਥੋੜਾ ਬਹੁਤਾ ਲੈਸ ਹੋ ਜਾ ਜੀ ਰੇਟ ਦੀ ਟੈਨਸ਼ਨ ਨਾ ਲਿਆ ਕਰੋ ਤੇ ਰੇਟ ਹੈ ਜਿਹੜਾ ਮੌਕੇ ਤੇ ਲੈਸ ਹੋ ਜਾਂਦਾ ਹੁੰਦਾ ਹੈ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਕੋਠੀ ਤੇ ਕੰਡੀਸ਼ਨ ਬਾਕੀ ਤੁਹਾਡੇ ਸਾਹਮਣੇ ਹੈ ਤੇ ਬਹੁਤ ਹੀ ਸੋਹਣੀ ਤਿਆਰ ਕਰਵਾਈ ਹੋਈ ਹੈ ਤੇ ਕੋਠੀ ਦੀ ਫੋਟੋਆਂ ਸਾਹਮਣੇ ਆ ਰਹੀਆਂ ਬਹੁਤ ਹੀ ਸੋਹਣੀ ਕੋਠੀ ਹੈ ਕਿਸੇ ਵੀ ਨੇ ਖਰੀਦਣੀ ਹੋਵੇ ਤੇ ਵਿਕਾਊ ਹੈ ਜੀ ਤੇ ਸਾਰੀ ਤਿਆਰ ਕਰਵਾਈ ਹੋਈ ਹੈ ਅੰਦਰੋਂ ਬਾਹਰੋਂ ਸਾਰੀ ਜਿੰਨਾ ਵੀ ਕਲਰ ਪੇਂਟ ਤੇ ਸਾਰਾ ਕੁਝ ਹੋਇਆ ਜੀ ਤੇ ਪਟਿਆਲੇ ਕੋਠੀ ਹੈ ਜਿਹੜਾ ਇਹਨਾਂ ਦਾ ਏਰੀਆ ਪਟਿਆਲਾ ਤੇ ਉਥੇ ਪਾਈ ਹੋਈ ਹੈ ਡਿਮਾਂਡ ਰੱਖਿਆ ਵੀਰ ਨੇ 35 ਲੱਖ 35 ਲੱਖ ਡਿਮਾਂਡ ਹੈ ਜੀ ਬਾਕੀ ਤੁਸੀਂ ਕੋਠੀ ਦੇਖਣੀ ਹੋਵੇ ਤਾਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਜੀ ਤੇ ਦੇਖ ਸਕਦੇ ਹੋ ਕੋਠੀ ਨੂੰ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 98774 43198 ਮਾਲਕ ਵੀਰ ਦਾ ਨੰਬਰ ਹੈ ਜਿਹੜੇ ਵੀਰ ਦੀ ਕੋਠੀ ਹੈ ਤੇ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਕਿਸੇ ਵੀਰ ਨੇ ਕੋਠੀ ਦੇਖਣੀ ਹੋਵੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ ਤੇ ਕੋਠੀ ਨੂੰ ਦੇਖ ਸਕਦੇ ਹੋ ਜੀ ਬਿਲਕੁਲ ਸਾਫ਼ ਤੇ ਵਧੀਆ ਕੋਠੀ ਹੈ ਤੇ ਤਿਆਰ ਕਰਵਾਈ ਹੋਈ ਹੈ ਸਾਰੀ ਤੇ ਬਹੁਤ ਹੀ ਸੋਹਣੀ ਹੈ ਜੀ ਕਿਸੇ ਵੀ ਨੇ ਖਰੀਦਣੀ ਹੋਵੇ ਵਿਕਾਊ ਹੈ ਤੇ ਖਰੀਦ ਸਕਦੇ ਹੋ ਜਾ ਕੇ ਦੇਖ ਕੇ ਤੇ ਆਪਦੀ ਡੀਲ ਕਰ ਸਕਦੇ ਹੋ ਜੀ ਤੇ ਅੱਜ ਲਈ ਇੰਨੇ ਜੀ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਕੋਠੀ ਤੇ ਬਾਕੀ ਮਸ਼ੀਨਰੀਆਂ ਕਿੱਦਾਂ ਦੀ ਲੱਗੀਆਂ ਕਮੈਂਟ ਕਰਕੇ ਜਰੂਰ ਦੱਸੋ ਤੇ ਵੱਧ ਤੋਂ ਵੱਧ ਲਾਈਕ ਕਰ ਦਿਓ ਜੀ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ WhatsApp ਦੇ ਗਰੁੱਪਾਂ ਦੇ ਵਿੱਚ Facebook ਤੇ ਤੇ ਕਿਸੇ ਵੀ ਨੂੰ ਐਡ ਕਰਵਾਉਣੀ ਹੋਵੇ ਤੇ ਐਡ ਤੁਸੀਂ ਕਰਵਾ ਸਕਦੇ ਹੋ ਬਿਲਕੁਲ ਫਰੀ ਦੇ ਵਿੱਚ ਐਡ ਕਰਦੇ ਹੋ ਫੋਟੋਆਂ ਸੈੱਟ ਕਰ ਦਿਓ ਬਾਕੀ ਉਹਦੀ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਤੇ ਐਡ ਤੁਹਾਡੀ ਲਗਾ ਦੇਾਂਗੇ ਤੇ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ